वीडियो देखने वाले सारे वीरां नूं सति श्री अकाल। आपां जिहड़ा मल्ली डेयरी फार्म दे साइले पाउंदे सीगे उहदा अज्ज 10 किल्लिआं दा काम निबड़ गिआ। 10 किल्लिआं दा जणी कंदराई हो गई आ। जे आपां 200 क्वांटल वी लाईए किल्ले दा तां इह मन लो वी 2,000-2,500 क्वांटल साइले तैयार हो गिआ आपणा। अज्ज इहनूं पूरी तरह प्रैस करके 3 डेटर लगे होए आ प्रैस करके ते इहदे उत्ते कागज पा के मिट्टी मुट्टी पावांगे अज्ज। ਤੇ ਬਾਕੀ ਆਪਣੇ 7 ਕਿੱਲੇ ਰਹਿ ਗਏ ਉਹ ਜਾਣੀ ਹਜੇ ਥੋੜਾ ਜਿਹਾ ਰੁਕੂਗਾ ਚਾਰ ਕਿਉਂਕਿ ਉਹ ਕਣਕ ਵਾਲੀ ਬਿਜਾਈ ਸੀਗੀ। ਕਣਕ ਵਾਲੇ ਵਾਹਣ 'ਚ ਬੀਜਿਆ ਸੀ। ਇਹ ਹੈਗਾ ਆਲੂਆਂ ਵਾਲਾ, ਆਲੂਆਂ ਵਾਲਾ ਵਾਹਣ ਸੀ ਜਿਹਦੀ ਆ ਮੱਕੀ ਆ ਪੂਰਾ ਵਧੀਆ ਆਪਣਾ ਜਾਣੀ 2,000-2,500 ਕੁਇੰਟਲ ਸਾਈਲੇਜ ਹੋ ਗਿਆ ਤਿਆਰ। ਤੇ ਆਹ ਦੋ ਧੜਾਂ ਤੂੜੀਆਂ ਲਾਈਆਂ ਹੁਣ ਜਿਹੜਾ ਗਾਂਹ ਵਾਲਾ ਵਾ ਉਹ ਇਦੂ ਗਾਂਹ ਵਾਲੇ ਬੰਨੇ ਉੱਥੇ ਹਲਦੀ ਤੇ ਤੁਹਾਨੂੰ ਪਈ ਉੱਥੇ ਆਪਾਂ ਪਾਵਾਂਗੇ। ਮੈਂ ਤੁਹਾਨੂੰ ਦਿਖਾਉਣਾ ਆਪਾਂ ਸ਼ੈੱਡ ਤੇ ਕਿਵੇਂ ਡਿਜ਼ਾਇਨ ਵਾਲਾ ਕਿਹੜੇ ਹਿਸਾਬ ਨਾਲ ਬਣਾਇਆ ਹੋਇਆ ਵਾ। ਸ਼ੈੱਡ ਦੀ ਚੜਾਈ 54 ਫੁੱਟ ਚੜਾਈ ਆ ਇਹਦੀ ਤੇ 55-56 ਫੁੱਟ ਇਹ ਲੰਬਾਈ ਆ ਇੱਧਰੋਂ। ਤੇ ਜਿਹੜਾ ਪੋਲ ਤੋਂ ਪੋਲ ਦੀ ਇਹ ਹੈਗੀ ਆ ਚੜਾਈ 17-17.5 ਫੁੱਟ ਆ। ਆ ਪੋਲ ਤੋਂ ਪੋਲ ਦੀ 17.5 ਫੁੱਟ ਆ। ਇਹ ਸਾਈਡਾਂ ਤੋਂ 16 ਫੁੱਟ ਉੱਚਾ ਵਾ ਤੇ ਜਿਹੜਾ ਆਪਣਾ ਸੈਂਟਰ ਆ ਇਹਦੇ ਵਿੱਚੋਂ ਹੈਗਾ ਇਹ 22 ਫੁੱਟ ਚੜਾਈ। ਤੇ ਆਪਣਾ ਜਿਹੜਾ ਆਹ ਵਾ ਇੱਧਰ ਦੇ ਆਹ ਪੇਪਾਂ ਤੋਂ ਆਹ ਪੇਪਾਂ ਦੀ ਚੜਾਈ ਹੈਗੀ ਆ 11-11.5 ਫੁੱਟ ਚੜਾਈ ਆ ਇਹਦੀ। ਜਾਣੀ ਮੰਨ ਲਓ ਵੀ ਜੇ ਪੱਠੇ ਪੁੱਠੇ ਰੱਖਣੇ ਆ, ਮੰਨ ਲਓ ਫੀਡ ਰੱਖਣੀ ਇਹਦੇ ਵਿਚਾਲੇ ਰੱਖੀ ਜਾਂਦੀ ਆ। ਤੇ ਆਹ ਪੇਪਾਂ ਲੱਗੀਆਂ ਹੋਈਆਂ ਸਾਈਡਾਂ ਤੇ, ਇਹ 2 ਇੰਚੀ ਪੇਪਾਂ ਵਾ ਤੇ 9 ਇੰਚ ਚੜਾਈ ਰੱਖੀ ਹੋਈ ਆ ਇਹਦੀ ਜਿਹੜੀ ਗਾਵਾਂ ਵਾਲੀ ਆ। ਤੇ ਵੱਡੀਆਂ ਵਾਲੀ ਜਿਹੜੀ ਬੱਛੀਆਂ ਵਾਲੀ ਆ ਇਹਦਾ ਥੋੜ੍ਹਾ ਸਾਈਜ਼ ਘੱਟ ਰੱਖਿਆ ਵਾ। ਇਹਨਾਂ ਦਾ ਪਾਰਟੀਸ਼ਨ ਕੀਤਾ ਹੋਇਆ ਵਾ, ਜਾਣੀ ਮੰਨ ਲਓ ਵੀ ਸ਼ੀਫਰਾਂ ਜਿਹੜੀਆਂ ਛੋਟੀਆਂ ਇੱਥੇ ਆ ਤੇ ਹਜੇ ਜਾਨਵਰ ਘੱਟ ਕਰਕੇ ਥੋੜ੍ਹਾ ਜਿਹਾ ਵਿਹਲੇ ਹੀ ਪਏ ਆ, ਇੱਥੇ ਕੱਟੀਆਂ ਵਾ। ਤੇ ਮਸ਼ੀਨ ਆ ਜਿਹੜੀ ਪੱਠਿਆਂ ਵਾਲੀ ਉਹ ਇੱਧਰ ਲਾਤੀ ਆ, ਇੱਥੇ ਵੀ ਥੋੜ੍ਹਾ ਸ਼ੈੱਡ ਪਾਉਣਾ ਵਾ ਇੱਧਰੋਂ ਸ਼ੈੱਡ ਨੂੰ ਕਰਕੇ। ਫਿਰ ਆ ਜਿਹੜਾ ਮੰਨ ਲਾ ਵੀ ਆਪਣਾ ਸਮਾਨ ਇਹਦੇ ਪੱਖੇ ਪਏ ਆ ਕੋਈ ਹੋਰ ਸਮਾਨ ਆ ਉਹ ਇੱਥੇ ਆ ਜਾਊਗਾ। ਤੇ ਇੱਧਰ ਆ ਮੱਝਾਂ ਵਾਸਤੇ ਬਣਿਆ ਹੋਇਆ ਵਾ, ਇਹ 80 ਫੁੱਟ ਆ ਸਾਰਾ। ਇਹ ਅੱਡ ਕਮਰਾ ਬਣਿਆ ਹੋਇਆ, ਇਹ ਕਮਰੇ ਦੇ ਵਿੱਚ ਫੀਡ ਮੈਡੀਸਨ ਆਪਣਾ ਹੋਰ ਸਮਾਨ ਪਿਆ ਵਾ ਉੱਥੇ। ਤੇ ਆਪਣੀਆਂ ਮੱਝਾਂ ਉੱਧਰ ਮੱਝਾਂ ਹੁਣ ਕੋਲੇ ਜਾ ਕੇ ਦਿਖਾਉਂਦੇ ਹਾਂ। ਤੇ ਆਪਣਾ ਆਹ ਸਾਈਲੇਜ ਆਪਾਂ ਇਹ ਹੁਣ ਤਾਂ ਪਹਿਲਾਂ ਮੁੱਲ ਦਾ ਹੀ ਚੱਲਦਾ ਜੀ ਸਾਰਾ, ਜੋ ਦੀਆਂ ਗਾਈਆਂ ਇੱਥੇ ਆਈਆਂ ਹੋਈਆਂ ਰੱਖੀਆਂ ਵਾ। ਤੇ ਮੱਝਾਂ ਵਾਸਤੇ ਪੂਲ ਬਣਾਇਆ ਵਾ, ਮੱਝਾਂ ਮੰਨ ਲਓ ਵੀ ਨਵਾਉਣ ਦਾ ਉੱਥੇ ਨਹੀਂ ਆਉਣ ਸਿੱਧੀਆਂ ਇਹਦੇ ਵਿੱਚ, ਮੱਝਾਂ ਵਾੜ ਦੇ ਦੀਆਂ ਤੇ ਨਹਾ ਕੇ ਮੱਝਾਂ ਬਾਹਰ ਆ ਜਾਂਦੀਆਂ। ਇਹਨੂੰ ਹਜੇ ਥੋੜ੍ਹੇ ਦਾ ਨਹੀਂ ਹੋਇਆ ਬਣਾਏ ਇਹਨੂੰ, ਹਜੇ ਇਹਦੇ ਵਿੱਚ ਨਾ ਆਹ ਪੇਪਾਂ ਲੈ ਰਹਿ ਗਈਆਂ ਲਾਉਣ ਵਾਲੀਆਂ, ਅਸੀਂ ਇੱਥੇ ਵੀ ਪੇਪਾਂ ਲਾਵਾਂਗੇ ਸਾਈਡ 'ਤੇ ਅਤੇ ਇਹਦੇ ਇਹਦੇ ਬਾਹਰ ਬਾਹਰ ਵੀ ਪੇਪਾਂ ਲਾਵਾਂਗੇ, ਆਹ ਸਾਈਡ 'ਤੇ ਪੇਪਾਂ ਲੱਗ ਜਾਣਗੀਆਂ। ਅਤੇ ਇਹਦੇ ਵਿੱਚ ਵੀ ਆ ਜਗ੍ਹਾ ਰੱਖੀ ਹੋਈ ਆ ਪੇਪਾਂ ਲਾਉਣ ਨੂੰ, ਆਹ ਟੋਏ ਲੱਗਦੇ ਹੋਏ ਆ। ਅਤੇ ਮੱਝਾਂ ਕਰਿਆ ਕਰਨਗੀਆਂ ਮੌਜਾਂ ਦੇ ਵਿੱਚ। ਅਤੇ ਆਪਣੇ ਫਾਰਮ 'ਤੇ ਨਾ ਕੈਮਰੇ ਲੱਗੇ ਹੋਏ ਆ, ਇਹ ਔਨਲਾਈਨ ਆ ਬਾਈ ਆਪਣਾ, ਇੱਕ ਬਾਹਰ ਆ ਉਹ ਫਿਰ ਸਿੱਧਾ ਔਨਲਾਈਨ ਹੀ ਦੇਖਦਾ ਵੀ ਬੰਦੇ ਕੀ ਕਰਦੇ ਆ ਅਤੇ ਕਿਹੜਾ ਕੰਮ ਰਹਿ ਗਿਆ ਅਤੇ ਕਿਹੜਾ ਕਰਨ ਵਾਲਾ। ਬੈਂਸਨ ਦੀ ਮਸ਼ੀਨ ਆ ਅਤੇ ਬੈਂਸਨ ਦਾ ਹੀ ਆਪਣਾ ਡੈਪ ਵਾਲਾ ਵਾ, ਇਹਦੇ ਵਿੱਚ ਫੀਡ ਪਈ ਆ ਅਤੇ ਆਪਣੇ ਬੰਦੇ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਦੇ ਕੱਪੜੇ ਅਤੇ ਮੈਡੀਸਨ ਪਈ ਆ। ਹਾਂ ਮੱਝਾਂ ਦੇਖੋ ਕਿਵੇਂ ਮੌਜ ਕਰਦੀਆਂ ਪਈਆਂ ਸੁੱਤੀਆਂ। ਉੱਪਰ ਜਿਹੜੀ ਲਾਲ ਸਲੇਟ ਵਾਲਾ ਇਹ ਬਰਾਂਡਾ ਜਿਹੜੀ ਆਪਣੀਆਂ ਪਹਿਲਾਂ ਪਹਿਲਾਂ ਪਾਉਂਦੇ ਹੁੰਦੇ ਸੀਗੇ ਉਹ ਗਾਰਡਨ ਵਾਲਾ। ਆਹ ਬੈਂਸਨ ਦੀ ਮਸ਼ੀਨ ਲੱਗੀ ਆ ਸਿੰਗਲ ਡਰੰਮ ਵਾਲੀ, ਪੱਖੇ ਲੱਗੇ ਹੋਏ ਆ ਅਤੇ ਫੋਗਰ ਨਹੀਂ ਹਜੇ ਲਾਏ, ਫੋਗਰ ਵੀ ਲਾਵਾਂਗੇ। ਮੱਝਾਂ ਨੂੰ ਤਾਂ ਨਹੀਂ ਲਾਉਣੇ, ਮੱਝਾਂ ਦਾ ਪੂਲ 'ਚ ਸੁਬਹਾ ਸ਼ਾਮ ਜਾਣਗੀਆਂ ਅਤੇ ਗਾਈਆਂ ਨੂੰ ਫੋਗਰ ਹਜੇ ਲਾਉਣੇ ਆ। ਖੋਣੀ ਦਾ ਡਿਜ਼ਾਇਨ ਤੁਸੀਂ ਦੇਖ ਲਓ, ਜੇ ਕਿਸੇ ਨੇ ਨਵਾਂ ਬਣਾਉਣਾ ਹੋਇਆ। 9 ਇੰਚ ਆ ਖੋਣੀ, ਆਪਾਂ ਕਹੀਏ 4 ਇੰਚ ਬਣਾ ਲਿਆ ਫਿਰ ਡੇਢ ਦੂੜ ਦਿੰਦੀਆਂ ਮੱਝਾਂ। 9 ਇੰਚ ਆ ਅਤੇ ਵਿੱਚੋਂ ਗੋਲ ਆ ਇਹ ਸਾਰੀ, ਫਰਸ਼ ਵੀ ਸਾਰਾ ਪੱਕਾ ਵਾ ਬਜਰੀ ਵਾਲਾ ਲਾਇਆ ਹੋਇਆ।
ਆ ਛੋਟੇ ਜਾਨਵਰਾਂ ਵਾਸਤੇ ਜਿਹੜੀਆਂ ਛੋਟੀਆਂ ਕੱਟੇ ਕੱਟੀਆਂ ਉਹ ਇਹ ਜੀ ਛੱਡੀ ਦੀਆਂ ਵਾ ਤੇ ਗਾਈਆਂ ਦੀ ਇੱਥੇ ਪਾਰਟੀਸ਼ਨ ਕੀਤੀ ਹੋਈ ਆ ਜਿਹੜੀਆਂ ਆਹ ਇਹ ਜਿਹੜੀਆਂ ਗਾਈਆਂ ਵਾ ਹੁਣ ਇਹ ਕੁਛ ਗੱਭਣਾ ਟੁੱਕੜਾ ਵਾ ਤੇ ਇਹ ਚ ਤਾਜ਼ੀਆਂ ਗਾਈਆਂ ਵਾ ਜਿਹੜੀਆਂ ਤਾਜ਼ੀਆਂ ਸੋਈਆਂ ਹੋਈਆਂ ਪਹਿਲਾਂ ਜਿਹੜੀਆਂ ਮੱਝਾਂ ਸੀਗੀਆਂ ਇਹ ਘਰੇ ਸੀਗੀਆਂ ਤੇ ਗਾਈਆਂ ਇੱਥੇ ਬੰਨੀਆਂ ਹੁੰਦੀਆਂ ਸੀਗੀਆਂ ਹੁਣ ਗਾਈਆਂ ਨੂੰ ਇੱਧਰ ਕਰਤਾ ਨਵੇਂ ਸ਼ੈੱਡ 'ਚ ਤੇ ਘਰੋਂ ਜਿਹੜੀਆਂ ਮੱਝਾਂ ਸੀ ਉਹ ਇੱਥੇ ਲਿਆਂਦੀਆਂ ਜਿੱਦਾਂ ਦੀਆਂ ਗਾਈਆਂ ਤੇ ਖੁੱਲ੍ਹੀਆਂ ਛੱਡੀਆਂ ਇੱਕ ਤਾਂ ਦੁੱਧ ਦਾ ਬਹੁਤ ਫਰਕ ਪੈ ਗਿਆ ਮੰਨ ਲਓ ਵੀ ਹਰੇਕ ਗਾਂ ਦੋ ਦੋ ਤਿੰਨ ਤਿੰਨ ਕਿਲੋ ਦੁੱਧ ਵੱਧ ਗਈ ਖੁੱਲ੍ਹੀਆਂ ਛੱਡਾਂ ਨਾਲ ਕਿਉਂਕਿ ਇੱਕ ਤਾਂ ਇਹਨਾਂ ਨੂੰ ਹੁਣ ਖੁੱਲ੍ਹਾ ਪਾਣੀ ਮਿਲਦਾ ਪੀਣ ਨੂੰ ਤੇ ਇੱਕ ਆਪਦੀ ਮਰਜ਼ੀ ਨਾਲ ਧੁੱਪੇ ਛਾਵੇਂ ਬਹਿੰਦੀਆਂ ਤੇ ਆਪਦੀ ਮਰਜ਼ੀ ਨਾਲ ਪੱਠੇ ਫੀਡ ਖਾ ਲੈਂਦੀਆਂ ਵਾ ਬਾਕੀ ਤੋਰਾ ਫੇਰਾ ਇਹਨਾਂ ਨੂੰ ਵਧੀਆ ਮਿਲ ਗਿਆ ਜੇ ਪੱਕੇ ਬਹਿਣਾ ਪੱਕੇ ਬਹਿ ਜਾਂਦੇ ਕੱਚੇ ਬਹਿਣਾ ਕੱਚੇ ਬਹਿ ਜਾਂਦੇ ਆ ਪਾਣੀ ਇਹਨਾਂ ਨੂੰ 24 ਘੰਟੇ ਇਹਨਾਂ ਦੇ ਕੋਲ ਆ ਜਦੋਂ ਮਰਜ਼ੀ ਪੀ ਲੈਣ ਜਾਣੀ ਹਾਲ ਪਹਿਲਾਂ ਇਹਨਾਂ ਨੂੰ ਪਾਣੀ ਦੋ ਟਾਈਮ ਮਿਲਦਾ ਸੀਗਾ ਸੁਬਹ ਸ਼ਾਮ ਹੀ ਹੁਣ ਮੰਨ ਲਓ ਵੀ ਦਿਹਾੜੀ ਦੇ ਵਿੱਚ ਘੱਟੋ ਘੱਟ ਇਹ 15 ਵਾਰੀ ਪਾਣੀ ਪੀ ਲੈਂਦੀਆਂ ਵਾ ਜਦੋਂ ਉੱਠਦੀਆਂ ਉਹ ਜਿਹਦਾ ਜਿੱਤ ਕਰਦਾ ਪਾਣੀ ਪੀਣ ਲੱਗ ਜਾਂਦੀ ਆ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਜਿਹੜੀਆਂ ਆਪਾਂ ਖੁੱਲ੍ਹੀਆਂ ਛੱਡਣੀਆਂ ਉਹਦੇ ਨਾਲ ਛੱਡ ਦੇ ਸਕਦੇ ਪੂਰਾ ਵਧੀਆ ਪ੍ਰੋਪਰ ਐਨ ਸਾਰੇ ਢੰਗ ਨਾਲ ਬਣਾਇਆ ਹੋਇਆ ਵਾ ਇੱਥੋਂ ਮੰਨ ਲਾ ਵੀ ਜੇ ਆਪਾਂ ਮਸ਼ੀਨ ਜਾਂ ਲਿਆਉਂਦੇ ਹਾਂ ਲਾਉਂਦੇ ਹਾਂ ਇੱਥੇ ਚੜਾਉਣ ਨੂੰ ਸੌਖਾ ਵਾ ਜੇ ਮੰਨ ਲਓ ਕੱਲ੍ਹ ਨੂੰ ਆਪਾਂ ਨੂੰ ਟੀ ਐਮ ਆਰ ਆਪਾਂ ਲਾਉਂਦੇ ਹਾਂ ਫਿਰ ਉੱਤੇ ਚੜ੍ਹ ਜਾ ਕਰੂਗਾ ਉਹ ਕੂਲ ਆ ਤੇ ਜੇ ਆਪਣਾ ਇਹ ਕੰਮ ਵਧੀਆ ਰਿਹਾ ਤੇ ਹੋਰ ਹਜੇ ਤਾਂ ਹਾਲ ਦੀ ਘੜੀ ਦਾ ਵਧੀਆ ਚੱਲ ਰਿਹਾ ਵਾ ਸਾਰੀਆਂ ਗਾਈਆਂ ਇਸ ਵਾਰ ਨਵੀਆਂ ਲਈਆਂ ਛੱਡ ਵੀ ਕੋਈ ਲੋਨ ਨਹੀਂ ਕੋਈ ਕੁਛ ਨਹੀਂ ਸਾਰਾ ਆਪਦੇ ਜਾਣੀ ਖਰਚੇ ਦੇ ਆਪ ਬਣਾਇਆ ਵਾ ਤੇ ਗਾਈਆਂ ਵੀ ਸਾਰੀਆਂ ਨਵੀਆਂ ਆਈਆਂ ਹੋਈਆਂ ਇਹਨਾਂ 'ਚੋਂ ਇੱਕ ਦੋ ਗਾਈਆਂ ਸੀ ਜਿਹੜੀਆਂ ਘਰ ਦੀਆਂ ਸੀਗੀਆਂ ਬਾਕੀ ਸਾਰੀਆਂ ਗਾਈਆਂ ਮੁੱਲ ਲਈਆਂ ਤੇ ਆਪਣੀ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਿਓ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਅਤੇ ਇਹੋ ਜਿਹੀਆਂ ਵੀਡੀਓ ਤੁਹਾਨੂੰ ਆਪਾਂ ਹੋਰ ਵੀ ਬਣਾ ਕੇ ਭੇਜਾਂਗੇ ਇਹ ਆਪਣਾ ਹੈਗਾ ਮੱਲੀ ਡੈਰੀ ਫਾਰਮ ਪਿੰਡ ਸਗਦੌਲ ਅਤੇ ਜਗਰਾਓਂ ਕੋਲ ਅਤੇ ਆਪਣੇ ਹੋਰ ਵੀ ਯਾਰਾਂ ਮਿੱਤਰਾਂ ਦੇ ਫਾਰਮ ਹੈਗੇ ਆ ਜਿਨ੍ਹਾਂ ਦੇ ਵਧੀਆ ਪਸ਼ੂ ਰੱਖੇ ਆ ਜਾਂ ਜਿਹੜੇ ਘਰ ਹਜੇ ਫਾਰਮ ਨਹੀਂ ਜਾਣੀ ਨੋਰਮਲ ਪਸ਼ੂ ਰੱਖੇ ਆ ਉਹਨਾਂ ਦੀਆਂ ਵੀ ਤੁਹਾਨੂੰ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਜੇ ਤੁਸੀਂ ਤੁਹਾਨੂੰ ਵੀ ਕੋਈ ਹੈਲਪ ਮਿਲ ਸਕੇ ਵੀ ਕਿੱਦਾਂ ਸ਼ੈੱਡ ਦਾ ਬਣਾਉਣਾ ਵਾ ਕਿੱਦਾਂ ਹੌਣੀਆਂ ਬਣਾਉਣੀਆਂ ਅਤੇ ਕਿੰਨੀ ਜਗ੍ਹਾ ਚਾਹੀਦੀ ਆ ਤੁਹਾਨੂੰ ਹੈਲਪ ਮਿਲੂਗੀ ਆਪਣੀ ਵੀਡੀਓ ਦੇਖ ਕੇ ਅਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਆਹ ਸਾਈਜ਼ ਦੇ ਦੇਖ ਲਓ ਆਪਣਾ ਬੰਦੇ ਐਨ ਪ੍ਰੈਸ ਕਰੀ ਜਾਂਦੇ ਆ ਅਤੇ ਅੱਜ ਇਹਦੇ ਸ਼ਾਮ ਨੂੰ ਪਾ ਕੇ ਕਾਗਜ਼ 'ਤੇ ਮਿੱਟੀ ਪਾ ਦੇਣੀ ਓਕੇ ਜੀ ਸਾਰਿਆਂ ਨੂੰ ਬਾਏ ਬਾਏ ਧੰਨਵਾਦ